ਸੰਗਰੂਰ ਦੇ ਦਿੜਵਾ ਵਿੱਚ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਜਦੋਂ ਇੱਕ ਕਾਰ ਬਾਈਕ ਨੂੰ ਫੇਟ ਮਾਰ ਕੇ ਟਰਾਲੇ ਥੱਲੇ ਜਾ ਵੜੀ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਤੇਜ਼ ਰਫ਼ਤਾਰ ਤੇ ਅਣਗਹਿਲੀ ਦੇ ਚਲਦਿਆਂ ਸੜਕ ਹਾਦਸਿਆਂ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ, ਜਿਸ ਦੇ ਚਲਦੇ ਬਹੁਤ ਸਾਰੇ ਲੋਕਾਂ ਦੀ ਸੜਕ ਹਾਦਸਿਆਂ ਵਿੱਚ ਜਾਨ ਚਲੀ ਜਾਂਦੀ ਹੈ। ਹਾਲ ਹੀ ਵਿੱਚ ਸੰਗਰੂਰ ਦੇ ਦਿੜਵਾ ਵਿੱਚ ਇੱਕ ਦਰਦਨਾਕ ਹਾਦਸਾ ਹੋਇਆ, ਜਿੱਥੇ ਕਿ ਤੇਜ਼ ਰਫ਼ਤਾਰ ਨਾਲ ਆ ਰਹੀ ਗੱਡੀ ਨੇ ਪਹਿਲਾਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਫਿਰ ਮੋਟਰਸਾਈਕਲ ਤੇ ਕਾਰ ਅੱਗੇ ਜਾ ਰਹੇ ਟਰਾਲੇ ਥੱਲੇ ਜਾ ਵੜੇ। ਇਹ ਹਾਦਸਾ ਬਹੁਤ ਦੁਖਦਾਈ ਹੋ ਸਕਦਾ ਸੀ, ਪਰ ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ। ਦੱਸ ਦਈਏ ਕਿ ਇਸ ਵਿੱਚ ਵਿਅਕਤੀਆਂ ਨੂੰ ਗੰਭੀਰ ਸੱਟਾਂ ਜ਼ਰੂਰ ਲੱਗੀਆਂ ਨੇ। ਇਸ ਸੜਕ ਹਾਦਸੇ ਦੇ ਵਿੱਚ ਮੋਟਰਸਾਈਕਲ ਸਵਾਰ ਦੇ ਰਿਸ਼ਤੇਦਾਰ ਦਾ ਕੀ ਕਹਿਣਾ ਹੈ, ਆਓ ਜਾਣ ਲੈਂਦੇ ਹਾਂ। ਸਰ, ਮੇਰਾ ਨਾਮ ਦਲਜੀਤ ਸਿੰਘ ਹੈ ਜੀ। ਦਲਜੀਤ ਸਿੰਘ ਜੀ, ਕਿਸ ਤਰ੍ਹਾਂ ਹਾਦਸਾ ਹੋਇਆ? ਇਹ ਜੀ, ਮੇਰੇ ਚਾਚਾ ਜੀ ਅਤੇ ਮਾਸੀ ਜੀ, ਸਾਡਾ ਪਿੰਡ ਤੂਰ ਬਣਜਾਰਾ ਜੀ, ਤੂਰ ਬਣਜਾਰੇ ਤੋਂ ਦੜਬਾ ਸਾਹਿਬ ਵੱਲ ਜਾ ਰਹੇ ਤੇ ਜੀ, ਬਾਜ਼ਾਰ 'ਚ ਇਹ ਦੜਬੇ ਤੋਂ ਉਰੇ ਜੀ, ਜਿੱਥੇ ਪੱਲੇਦਾਰਾਂ ਦਾ ਆਪਣਾ ਦਫ਼ਤਰ ਆ, ਮਾਂਗਰੋਂ ਸੰਗਰੂਰ ਪਾਸੋਂ ਗੱਡੀ ਆ ਰਹੀ ਹੈ ਜੀ, ਉਹਨੇ ਇਹ ਤਾਂ ਆਪਦੀ ਸਾਈਡ 'ਤੇ ਜਾ ਰਹੇ ਤੇ ਮੋਟਰਸਾਈਕਲ 'ਤੇ ਗੱਡੀ ਨੇ ਮਾਂਗਰੋਂ ਫੇਟ ਮਾਰੀ ਜੀ, ਜਿਸ ਕਾਰਨ ਇਹਨਾਂ ਨੂੰ ਗੰਭੀਰ ਸੱਟਾਂ ਵੱਜੀਆਂ ਜੀ। ਧੰਨਵਾਦ। ਸਰ, ਸਾਡੇ 2 ਪੇਸੈਂਟ ਜੀ ਨੇ। ਕਿਸ ਤਰ੍ਹਾਂ ਦੀ ਹਾਲਤ ਹੈ? ਹਾਲਤ ਸਰ, ਅਜੇ ਟ੍ਰੀਟਮੈਂਟ ਚੱਲ ਰਿਹਾ ਜੀ, ਡਾਕਟਰ ਸਾਹਿਬ ਕਹਿੰਦੇ ਨੇ ਵੀ ਜਿਵੇਂ ਜਿਵੇਂ ਰਿਪੋਰਟਾਂ ਹੋਣਗੀਆਂ ਉਦੋਂ ਬਾਅਦ ਲੱਗੂ ਜੀ ਪਤਾ, ਹਜੇ ਨਾ ਟ੍ਰੀਟਮੈਂਟ ਚੱਲ ਰਿਹਾ ਜੀ, ਅਸੀਂ ਕੁਛ ਵੀ ਨਹੀਂ ਕਹਿ ਸਕਦੇ। ਧੰਨਵਾਦ ਜੀ। ਜਿਹੜਾ ਇਹ ਅੱਜ ਐਕਸੀਡੈਂਟ ਵਾਪਰਿਆ, ਇਹ ਬੜਾ ਦਰਦਨਾਕ ਅਤੇ ਦੁਖਦਾਈ ਹੈ, ਜਿਹਦੇ ਵਿੱਚ ਪਿੰਡ ਤੂਰ ਬੰਜਾਰੇ ਦੇ 2 ਜੋ ਕਿ ਮੋਟਰਸਾਈਕਲ 'ਤੇ ਸਵਾਰ ਸੀਗੇ ਅਤੇ ਉਹਨਾਂ ਨੂੰ ਗੰਭੀਰ ਚੋਟਾਂ ਆਈਆਂ ਨੇ, ਅਤੇ ਕਾਰ ਡਰਾਈਵਿੰਗ ਮੇਰੇ ਖਿਆਲ ਦੇ ਵਿੱਚ ਵੀ ਮੈਨੂੰ ਲੱਗਦਾ ਵੀ ਸ਼ਾਇਦ ਉਹ ਸਪੀਡ ਜ਼ਿਆਦਾ ਸੀ ਜਿਹੜੀ ਗੱਡੀ ਉਹਨਾਂ ਤੋਂ ਕੰਟਰੋਲ ਨਹੀਂ ਹੋਈ, ਅਤੇ ਟਰਾਲੇ ਦੇ ਵਿੱਚ ਜਾ ਕੇ ਗੱਡੀ ਉਹਨਾਂ ਦੇ ਮੋਟਰਸਾਈਕਲ ਨੂੰ ਪੂਰਾ ਨਾਲ ਲੈ ਗਈ ਲਪੇਟ ਕੇ, ਅਤੇ ਮੋਟਰਸਾਈਕਲ ਤਾਂ ਬਿਲਕੁਲ ਗੱਡੀ ਦੇ ਅੰਦਰ ਤੱਕ ਧੁੱਸਿਆ ਪਿਆ, ਅਤੇ ਇਹ ਮੁੜਕ ਕੇ ਸਾਈਡ 'ਤੇ ਆ ਗਏ ਅਤੇ ਜਿਹੜੇ ਗੱਡੀ ਵਾਲੇ ਨੇ ਉਹ ਧੂਰੀ ਦੇ ਨੇ, ਉਹਨਾਂ ਨੂੰ ਵੀ ਗੰਭੀਰ ਚੋਟਾਂ ਲੱਗੀਆਂ ਨੇ। ਇਹਦਾ ਜਿਹੜਾ ਐਕਸੀਡੈਂਟ ਹੋਇਆ, ਮੈਂ ਸਮਝਦਾ ਵੀ ਇਹਦਾ ਕਾਰਨ ਇਹੀ ਆ ਕਿ ਜਿਹੜੀ ਟ੍ਰੈਫਿਕ ਹੈ ਦੜਵੇ ਦੀ, ਰੋਡ ਦੇ ਉੱਤੇ ਜਿਹੜਾ ਅਸੀਂ ਜਾਮ ਕਰਕੇ ਰੱਖਦੇ ਹਾਂ ਆਮ ਪਬਲਿਕ ਨੂੰ ਜਿਹੜਾ ਲੰਘਣ ਦਾ ਰਸਤਾ, ਉੱਥੇ ਅਸੀਂ ਰੇਹੜੀਆਂ ਜਾਂ ਆਪਣੇ ਟਰੱਕ ਖੜਾ ਕੇ ਰੱਖਦੇ ਹਾਂ ਜਾਂ ਆਪਣੀਆਂ ਗੱਡੀਆਂ ਖੜਾ ਕੇ ਰੱਖਦੇ ਹਾਂ, ਇਹ ਵੀ ਕਿਤੇ ਨਾ ਕਿਤੇ ਇਸ ਐਕਸੀਡੈਂਟ ਦਾ ਕਾਰਨ ਬਣਿਆ। ਤਾਂ ਤੁਹਾਡੇ ਚੈਨਲ ਦੇ ਥਰੂ ਮੈਂ ਪਬਲਿਕ ਨੂੰ, ਆਮ ਜਨਤਾ ਨੂੰ ਇਹ ਅਵੇਅਰ ਕਰੂੰਗਾ ਕਿ ਜਿੰਨਾ ਹੋ ਸਕਦਾ ਸਹੀ ਜਗ੍ਹਾ 'ਤੇ ਗੱਡੀਆਂ ਨੂੰ ਪਾਰਕ ਕੀਤਾ ਜਾਵੇ ਅਤੇ ਆਉਣ ਜਾਣ ਵਾਲਿਆਂ ਨੂੰ ਰਸਤਾ ਦਿੱਤਾ ਜਾਵੇ ਤਾਂ ਕਿ ਅਸੀਂ ਇਹੋ ਜਿਹੀਆਂ ਦੁਰਘਟਨਾਵਾਂ ਤੋਂ ਜਿਹੜੀਆਂ ਦਰਦਨਾਕ ਸਾਬਤ ਹੁੰਦੀਆਂ ਨੇ ਉਹਨਾਂ ਤੋਂ ਬਚਿਆ ਜਾ ਸਕੇ। ਕੈਪਟਨ ਸਾਹਿਬ, ਪ੍ਰਸ਼ਾਸਨ ਨੂੰ ਇਹਦੇ 'ਤੇ ਸਖਤ ਕਾਰਵਾਈ ਕਰਨੀ ਚਾਹੀਦੀ ਆ, ਜਿਸ ਜਿਹੜੇ ਕੋਈ ਗਲਤ ਪਾਰਕਿੰਗ ਕਰਦੇ ਨੇ ਜਾਂ ਰੋਡ ਦੇ ਉੱਤੇ ਲਾਉਂਦੇ ਨੇ, ਮੁਲਾਜ਼ਮਾਂ ਨੂੰ ਲਾ ਕੇ ਜਾਂ ਉਹਨਾਂ ਦੀ ਡਿਊਟੀ ਹੈ ਜਿਹੜੀ ਨਿਯੁਕਤ ਕਰਨੀ ਚਾਹੀਦੀ ਹੈ ਤਾਂ ਕਿ ਇਹੋ ਜਿਹੇ ਐਕਸੀਡੈਂਟ ਤੋਂ ਬਚਿਆ ਜਾ ਸਕੇ। ਜਦ ਤੱਕ ਪ੍ਰਸ਼ਾਸਨ ਸਖਤਾਈ ਨਹੀਂ ਕਰੂਗਾ, ਆਮ ਪਬਲਿਕ ਕਦੇ ਵੀ ਇਸ ਤਰ੍ਹਾਂ ਨੂੰ ਅਵੇਅਰ ਨਹੀਂ ਕਰਦੀ। ਜਿਸ ਤਰ੍ਹਾਂ ਕਿ ਹੁਣ ਇੱਥੇ ਜ਼ਿਆਦਾਤਰ ਮਕੈਨਿਕ ਨੇ ਜਾਂ ਪੱਲੇਦਾਰ ਨੇ ਜਾਂ ਹੋਰ ਕਈ ਦੁਕਾਨਾਂ ਨੇ, ਸਾਰੀਆਂ ਕੁੱਲ ਮਿਲਾ ਕੇ ਇੱਥੇ ਜ਼ਿਆਦਾਤਰ ਸਾਨੂੰ ਟਰੱਕ ਜਾਂ ਟਰਾਲੀਆਂ ਆਮ ਖੜੀਆਂ ਮਿਲਦੀਆਂ ਨੇ, ਉਹ ਜਦੋਂ ਪਹਿਲਾਂ ਹੀ ਰਸਤਾ ਘੱਟ ਆ ਉੱਥੇ, ਅਤੇ ਜਦੋਂ ਇਸ ਤਰ੍ਹਾਂ ਦੀ ਘਟਨਾ ਕੋਈ ਵਾਪਰਦੀ ਆ, ਕਿਤੇ ਨਾ ਕਿਤੇ ਜਿਹੜੀਆਂ ਚੀਜ਼ਾਂ ਰੋਡ ਦੇ ਉੱਤੇ ਖੜਦੀਆਂ ਨੇ ਇਹਦਾ ਕਾਰਨ ਬਣਦੀਆਂ ਨੇ। ਉਹਨਾਂ ਗੱਡੀਆਂ ਦੀ ਚਾਹੇ ਉਹ ਰਿਪੇਅਰ ਹੈ, ਚਾਹੇ ਉਹ ਆਮ ਖੜਾਉਣ ਵਾਲਾ, ਚਾਹੇ ਕੋਈ ਤੁਰਿਆ ਜਾਂਦਾ ਜਾਂ ਖੜਾਉਂਦਾ ਉੱਥੇ ਗੱਡੀ, ਉਹਨਾਂ ਨੂੰ ਸਾਰਿਆਂ ਨੂੰ ਸਹੀ ਜਗ੍ਹਾ 'ਤੇ ਪਾਰਕਿੰਗ ਕਰਨੀ ਚਾਹੀਦੀ ਆ ਤਾਂ ਕਿ ਇਹਨਾਂ ਐਕਸੀਡੈਂਟਾਂ ਤੋਂ ਸਾਨੂੰ ਬਚਿਆ ਜਾ ਸਕੇ। ਇਹਨਾਂ ਦੀ ਇਸ ਵਕਤ ਤਾਂ ਕੰਡੀਸ਼ਨ ਠੀਕ ਹੈ, ਬਾਕੀ 4-6 ਘੰਟੇ ਸਾਨੂੰ ਅਬਜ਼ਰਵ ਕਰਨਾ ਪਊਗਾ ਜਿਵੇਂ ਜਿਵੇਂ ਇਹਨਾਂ ਦੀ ਕੰਡੀਸ਼ਨ ਹੋਊਗੀ ਉਵੇਂ। ਡਾਕਟਰ ਸਾਹਿਬ, ਕਿੰਨੇ ਪੇਸ਼ੈਂਟ ਹੈ, ਕਿੰਨੇ ਜ਼ਖਮੀ ਹੈ, ਕਿੰਨੇ ਕੀ? ਟੋਟਲ 5 ਪੇਸ਼ੈਂਟ ਹੈ ਜੀ। 3 ਪੇਸ਼ੈਂਟ ਦਾ ਧੂਰੀ ਕੋਲ, ਕੋਈ ਅਮੀਰ ਖੇੜੀ ਪਿੰਡ ਉੱਥੋਂ ਦੇ ਹੈ ਅਤੇ 2 ਤੂਰ ਬੰਜਾਰੇ ਦੇ ਹੈ। ਕਿਸ ਤਰ੍ਹਾਂ ਦੀ ਹਾਲਤ ਹੈ ਜੀ ਉਹਨਾਂ ਦੀ? ਇਸ ਵਕਤ ਤਾਂ ਠੀਕ ਲੱਗਦੀ ਹੈ ਮੈਨੂੰ ਤਾਂ। ਕੋਈ ਗੰਭੀਰ? ਜ਼ਿਆਦਾ ਗੰਭੀਰ ਨਹੀਂ ਲੱਗਦੀ, ਫਿਰ ਵੀ ਐਕਸੀਡੈਂਟ ਵਾਲੇ ਦਾ ਕੁਛ ਨਹੀਂ ਕਿਹਾ ਜਾ ਸਕਦਾ। ਪ੍ਰੰਗਲਾ ਟੀਵੀ ਲਈ ਸੰਗਰੂਰ ਤੋਂ ਜਗਤਾਰ ਬਾਵਾ ਦੀ ਰਿਪੋਰਟ।